대박이니까 이거야. ਤਾਂ ਪਹਿਲਾਂ ਹੀ ਨਾ ਕੇ ਆ ਜਾਵੇ ਹੈ ਉਹ ਨਹੀਂ ਕਰਕੇ ਨਾਕ ਕੋ ਫਾਦ ਰਹੀ ਹੋ ਸ਼ਟ ਅਪ ਆਪ ਕੋ ਵੀ ਸ਼ਟ ਅਪ ਕੌਣ ਹੋ ਤੁਮ ਮੈਂ ਉਸਮਾਨ ਬੁਜ਼ਦਾਰ ਕੀ ਦੇਖ ਰਹੇ ਐਸੇ ਘੂਰ ਕੇ ਖੂਬਸੂਰਤ ਲੜਕੀ ਨਹੀਂ ਦੇਖੀ ਕਦੇ ਦੇਖੀਓ ਹੁਣੇ ਪਿੱਛੋਂ ਆਈ ਹੈ ਇਧਰੋਂ ਬੜੀ ਇਹ ਖੜੋਤੀ ਮੇਰੇ ਸਾਹਮਣੇ ਆਪਨੇ ਮੇਰਾ ਕਹਿ ਰਿਹਾ ਮੈਨੂੰ ਸਿਆਤਾ ਨਹੀਂ ਹੈ ਮੇਰਾ ਕਹਿੰਦਾ ਅੰਗਰੇਜ਼ੀ ਨਹੀਂ ਆਉਂਦੀ ਤੁਹਾਨੂੰ ਹੈ ਨਹੀਂ ਨਹੀਂ ਮੁਝੇ ਮੈਂ ਤੇਰਾ ਦੇਸੀ ਟਾਈਪ ਲੜਕੀ ਹੁੰਦਾ ਅਨਪੜ੍ਹ ਲੋਕ ਨੇ ਇੱਥੇ ਅੱਲਾ ਦੀ ਰਹਿਮਤ ਨਾਲ ਅੱਲਾ ਲਫ ਕੀਤੀ ਆ ਗਿਆ ਜੀ ਐਲ ਐਲ ਐਫ ਇਹ ਅੱਲਾ ਲਫ ਕੀਤੀ ਫਿਰਨੇ ਕੌਣ ਸੀ ਡਿਗਰੀ ਹੈ ਨਮਕ ਲਮਕ ਕੇ ਫੇਲ ਹੋਇਆ ਨਾ ਦੇਖੋ ਮੈਂ ਇਸ ਕੰਟਰੀ ਦੀ ਮਾਲਕਿਨ ਔਰ ਮੈਂ ਬੱਦੀ ਮਾਸ਼ ਹੂੰ ਇਹ ਮੇਰੇ ਗਾਰਡਸ ਹੈ ਤੂੰ ਗਾੜੇ ਹੈ ਗਾੜਾ ਇਹਦੇ ਗਾਣੇ ਪਿੱਛੇ ਨੱਚਿਆ ਮੈਂ ਤੇਰੀ ਭੈਣ ਕੱਢ ਲੈਣੀ ਤੈਨੂੰ ਮੈਂ ਦੱਸਦਾ ਉਹਨਾਂ ਤੋਂ ਬੰਦੂਕ ਰੱਖ ਕੇ ਇੱਥੇ ਇੰਜ ਇੰਜ ਕਰਨ ਲੱਗ ਪਉਣਾ ਹੈ ਨਹੀਂ ਇਹ ਵਾਲੇ ਸਟੈਪ ਨਹੀਂ ਚਲੋ ਜਿਹੜਾ ਵੀ ਰੱਖਿਆ ਓਏ ਤੂੰ ਵੀ ਗਾਰਡ ਹੈ ਅਭਿਨੰਦਨ ਦੇ ਸਾਲਿਆ ਹੈ ਤੂੰ ਵੀ ਗਾਰਡ ਹੈ ਆੜਾ ਕਿਹੜਾ ਗਾਰਡ ਹੈ ਤੂੰ ਹੈ ਟ੍ਰੇਨ ਦਾ ਗਾਰਡ ਹੈ ਬੋਡੀ ਗਾਰਡ ਹੈ ਬੋਡੀ ਗਾਰਡ ਹੈ ਆ ਕੀ ਹੈ ਇਹ ਮੈਂ ਕਿਹਾ ਨਾ ਛੱਲੀ ਹੈ ਤੇ ਹਲੇ ਕਿਸੇ ਨੇ ਖੋਲੀ ਨਹੀਂ ਹੈ ਉਹ ਮੂਲੀ ਦਾ ਮੁੰਡਾ ਹੈ ਕਿੱਥੇ ਪੁਛ ਲਵਾ ਇੱਥੇ ਹੁੰਦੀ ਤੂੰ ਇੱਥੇ ਲਵਾ ਲਈ ਹੈ ਤੁਹਾਡੀ ਤਾਂ ਫਿੱਟੇ ਕੀ ਪੁੱਠੀ ਆਈ ਹੈ ਇਹ ਵਾਕਈ ਤੁਹਾਡੇ ਗਾਰਡ ਨੇ ਹਾਂਜੀ ਬਿਲਕੁਲ ਕੀ ਨਾਮ ਹੈ ਤੇਰਾ ਬਤਾ ਦੋ ਅਬਾਸ ਅਬਾਸ ਕੀ ਬਾਤ ਹੈ ਵੈਰੀ ਗੁੱਡ ਪਿਓ ਦਾ ਨਾਮ ਅਬਾਸ ਗੁੱਡ ਵੈਰੀ ਗੁੱਡ ਦਾਦੇ ਦਾ ਨਾਮ ਦਾ ਨਾਮ ਵੀ ਅਬਾਸ ਅਬਾਸ ਇਹਨੂੰ ਮੇਰਾ ਖਿਆਲ ਨਾਲ ਆਉਂਦਾ ਹੀ ਅਬਾਸ ਹੈ ਤਾਂ ਮਸਲਾ ਨਾ ਤੁਹਾਡਾ ਕੀ ਨਾਮ ਕੋਈ ਨਹੀਂ ਬੋਡੀ ਦਾ ਨਹੀਂ ਨਾ ਪੁੱਛਿਆ ਕੰਮ ਨਹੀਂ ਪੁੱਛਿਆ ਤੁਹਾਡਾ ਤੁਹਾਡਾ ਨਾਂ ਕੀ ਹੈ ਬੜਾ ਤੁਹਾਡਾ ਕੱਛੂ ਕੁੰਮੇ ਦੀ ਦੌਣ ਵਰਗਾ ਮੂੰਹ ਹੈ ਯਕੀਨ ਕਰ ਦੱਸੋ ਨਾਮ ਵੀ ਬੋਡੀਗਾਰਡ ਹੈ ਅੱਛਾ ਨਾਮ ਵੀ ਬੋਡੀਗਾਰਡ ਹੈ ਅੱਛਾ ਮੈਨੂੰ ਇੱਕ ਕੰਮ ਹੈ ਤੁਹਾਡੇ ਨਾਲ ਸੁਣਿਓ ਆਪਸ ਦੀ ਗੱਲ ਹੈ ਸ਼ਕਲ ਤੋਂ ਮੈਨੂੰ ਤੁਸੀਂ ਗੈਰਤਮੰਦ ਤੇ ਨਹੀਂ ਲੱਗਦੇ ਠੀਕ ਹੈ ਇਹ ਵੇਖ ਕੇ ਹਲਕੀ ਜੀ ਥੋੜ੍ਹੀ ਜੀ ਤੁਹਾਨੂੰ ਬਗੈਰਤੀ ਤੁਸੀਂ ਜ਼ਰਾ ਚਲੇ ਜਾਓਗੇ ਤਾਂ ਮੈਂ ਤੁਹਾਡੀ ਮੈਡਮ ਨਾਲ ਸ਼ਪਨ ਕਟੀਟੇ ਤੇ ਡਿਸਕਸ ਕਰਨਾ ਚਾਹਨਾ ਦੇਖੋ ਮੈਨੂੰ ਗੋਲੀ ਨਹੀਂ ਮਾਰਨੀ ਮੈਨੂੰ ਸੁਰਾਖ ਹੋ ਜਾਏਗਾ ਨਾ ਨਾ ਕਿਉਂਕਿ ਮੈਂ ਤਾਂ ਪਹਿਲੇ ਤਾਂ ਬੜਾ ਤੰਗ ਆ ਤੂੰ ਹੋਰ ਹੋ ਜਾ ਕੇ ਦਫਾ ਹੋ ਜਾਓ ਗੈਟ ਆਊਟ ਹੋ ਜਾਓ ਨਿਕਲ ਜਾਓ ਤੁਹਾਡਾ ਦਰ ਫਿਟੇ ਮੂੰਹ ਦੇ ਅਗੋ ਨਿਕਲ ਨਹੀਂ ਲੈ ਚਬੜ ਜਾ ਮੁਝੇ ਨਾ ਤੁਮ ਸੱਚੀ ਕੇ ਬਦਮਾਸ਼ ਲੱਗੇ ਔਰ ਪਤਾ ਨਹੀਂ ਮੁਝੇ ਕਿਉਂ ਲੱਗਦਾ ਹੈ ਕਿ ਤੁਮ ਮੇਰਾ ਕੰਮ ਕਰੋਗੇ ਤੇਰਾ ਕੰਮ ਕਰਨ ਵਾਸਤੇ 5 ਮਰਦੇ ਦਾ ਪਲਾਟ ਵਿਕ ਜਾਣਾ ਹੈ ਨਹੀਂ ਨਹੀਂ ਬਸ ਕਿਉਂਕਿ ਮੈਂ ਖਾਲੀ ਬਦਮਾਸ਼ ਆ ਹਾਲੀ ਮੇਰੇ ਕੋਲ ਬੰਦੂਕ ਸ਼ੰਦੂਕ ਕੋਈ ਨਹੀਂ ਉਹ ਮੈਂ ਲੈਣੀ ਉਸ ਬੰਦੇ ਨੇ ਪਹਿਲਾਂ ਡੇਢ ਤੇ ਪਟਾ ਕਿਉਂ ਬੰਨਿਆ ਕਿਉਂ ਇਹਦੀ ਦੁੰਨੀ ਵੱਡੀ ਹੈ ਬੱਚੇ ਵਿੱਚ ਪਹਿਲਾਂ ਕੋਲ ਹੀ ਖੇਡਦਾ ਹੈ ਐਸੀ ਵਿਚਾਰਾ ਕਿੰਨਾ ਇਹ ਸ਼ੂਗਲ ਕਰਤੇ ਆ ਮੇਰੇ ਸਾਥ ਹਾਂ ਸ਼ੂਗਲ ਕਰ ਜ਼ਿੰਦਗੀ ਮੈਂ ਸ਼ੂਗਲ ਹੋਣਾ ਸੀ ਗਰਮੀ ਬਲਾ ਕਿਹੜੀ ਪੈ ਰਹੀ ਹਾਂ ਬੜੀ ਗਰਮੀ ਹੈ ਇਹ ਬਲਾ ਕਿਹੜੀ ਗਰਮੀ ਪੈ ਰਹੀ ਹੈ ਬੰਦਾ ਨਹੀਂ ਕਹਿੰਦਾ ਮੈਨੂੰ ਇਸ ਬੰਦੇ ਤੇ ਬੜੀ ਗਰਮੀ ਹੈ ਭਾਈ ਇਹ ਉਹ ਪੈ ਰਹੀ ਹੈ ਯਕੀਨ ਕਰ ਬਾਕੀ ਸਹੀ ਅੱਜ 48 ਹੋ ਗਿਆ ਸੀ ਹਾਂ ਤੇ ਹੁਣ ਅੰਦਰ ਹੀ ਜਮਾ ਹੋ ਰਹੀ ਹੈ ਸਾਰੀ ਉਹ ਤੇਰਾ ਦਰ ਫਿਟੇ ਮੂਏ ਇਹ ਲੈਮ ਡਰ ਗਏ ਐ ਜਨ ਤੰਮੜ ਗਏ ਨਾ ਤੈਨੂੰ ਲੈਮ ਅੱਛਾ ਚਲੋ ਦੇਖੋ ਮੈਂ ਬੜੀ ਮਜਬੂਰ ਹੋਰ ਪਰੇਸ਼ਾਨ ਕੋਈ ਐਸੀ ਗੱਲ ਨਹੀਂ ਅਸੀਂ ਅੱਲਾ ਦੇ ਰਹਿਮਤ ਨਾਲ ਪਰੇਸ਼ਾਨੀ ਤੇ ਆਈ ਕੋ ਨਾ ਪੈਸੇ ਦੀ ਨਾ ਬੁੱਧੇਲੇ ਦੀ ਤੁਸੀਂ ਹੁਕਮ ਕਰੋ ਤੁਹਾਡੇ ਕੋਲ ਬਹੁਤ ਪੈਸੇ ਪੈਸਾ ਤੇ ਟੈਨਸ਼ਨ ਨਹੀਂ ਕੋਈ ਨਹੀਂ ਪੈਸੇ ਦੀ ਪੈਸੇ ਦੀ ਟੈਨਸ਼ਨ ਨਹੀਂ ਹੈ ਕਿੰਨਾ ਪੈਸੇ ਪੈਸੇ ਆਪਣੇ ਕੋਲ ਡੇਕ ਲੱਗੇ ਪੈ ਨੇ ਜੀ ਪੈਸਾ ਤੁਸੀਂ ਦੱਸੋ ਤੁਹਾਨੂੰ ਕਿੰਨੇ ਚਾਹੀਦੇ ਨੇ ਕੋਈ 80 ਰੁਪਏ ਤਾਂ ਮੈਂ ਹੁਣੇ ਕੱਢ ਸਕਣਾ ਇਸ ਟਾਈਮ ਐ ਨੇ ਟੁੱਟੇ ਨੇ ਐ ਮੈਂ ਸਿਗਰਟ ਮਾਰ ਕਿਉਂ ਇਤਨੇ ਕੀ ਤਾਂ ਚਾਕਲੇਟ ਵੀ ਨਹੀਂ ਆਏਗੀ ਚਾਕਲੇਟ ਕੱਢੀ ਤੁਸੀਂ 300 ਵਾਲੀ ਖਾਂਦੇ ਹੋ ਮੈਨੂੰ ਪਤਾ ਹੈ ਸੱਚੀ ਗੱਲ ਹੈ ਓ ਪਟਾਕਾ ਨਾ ਮਾਰ ਜਾਈਆ ਲੈਟਰੀਨ ਚਲਾ ਜਾ ਇੱਥੇ ਇੱਥੇ ਕੋਈ ਪਟਾਸ ਨਾ ਚਲਾਈ ਤੈਨੂੰ ਮੈਂ ਦੱਸ ਦਿਆਂ ਪਟਾਕਾ ਪਟੂਕਾ ਨਹੀਂ ਚਲਾਉਣਾ ਇੱਥੇ ਅੱਛਾ ਚਲੋ ਮੈਨੂੰ ਇੱਕ ਸਵਾਲ ਦਾ ਜਵਾਬ ਦਿਓ ਅਗਰ ਤੁਸੀਂ ਕੁਐਸਚਨ ਕਰਨਾ ਚਾਹਤੇ ਹੈ ਹਾਂ ਕਰੇ ਕੁਐਸਚਨ ਅਗਰ ਮੈਨੂੰ ਕਿਸੇ ਗੈਰ ਆਦਮੀ ਸੇ ਪਿਆਰ ਹੋ ਜਾਏ ਤੋ ਦੋਜ਼ਖ ਜਾਏਗੀ ਓਹ ਅਗਰ ਮੈਨੂੰ ਮੇਰੇ ਕਿਸੇ ਕਜ਼ਨ ਸੇ ਪਿਆਰ ਹੋ ਜਾਏ ਤੋ ਦੋਜ਼ਖ ਜਾਏਗੀ ਅਗਰ ਮੇਰੇ ਕੋ ਤੁਮਸ਼ੇ ਪਾਰ ਹੋ ਜਾਏ ਤੋ ਬੜੀ ਖੋਚੜੇ ਜੰਨਤ ਤੇ ਜਾਣਾ ਚਾਹਨੀ ਹੈ ਤੈਨੂੰ ਦੁਆਵਾਂ ਹੀ ਅਨੀਆਂ ਦੇਣੀਆਂ ਤੋ ਸਿੱਧੀ ਜੰਤੀ ਯਕੀਨ ਕਰ ਤੁਮਨੇ ਕਦੇ ਕਿਸੇ ਸੇ ਪਿਆਰ ਕੀਤਾ ਹੈ ਬਸ ਇੱਕ ਕੁੜੀ ਨਾਲ ਕੀਤਾ ਸੀ ਜੀ ਅੱਛਾ ਲੋਡ ਕਰ
ਲਾਉਣ ਗਿਆ ਲੋੜ ਵਾਲਿਆਂ ਦੇ ਮਾਰਿਆ ਕਿਉਂ ਲੋੜ ਵਾਲੇ ਦੀ ਬੈਣ ਸੀ ਕਹਿੰਦਾ ਕਜਰਾ ਬੈਣ ਵੀ ਸਾਡੀ ਲੋੜ ਵੀ ਸਾਡਾ ਹੈ ਕੁਛ ਤਾਂ ਪੱਲਿਓ ਪਾ ਪਹਿਲੇ ਲੜਕੀ ਸੇ ਪੁੱਛਣਾ ਚਾਹੀਏ ਕਿ ਉਸਕਾ ਬਾਪ ਕੀ ਕਰਤਾ ਹੈ ਉਸਕਾ ਭਾਈ ਕੀ ਕਰਤਾ ਹੈ ਓਏ ਅਸੀਂ ਨਹੀਂ ਪੁੱਛਦੇ ਸਾਡਾ ਤੇ ਆਪ ਖਾਨਦਾਨ ਬੜਾ ਵੱਡਾ ਬਦਮਾਸ਼ਾ ਦਾ ਖਾਨਦਾਨ ਹੋਇਆ ਵਾਕੀ ਮੇਰੇ ਦਾਦੇ ਨੇ 70 ਬੰਦਾ ਮਾਰਿਆ ਸੀ ਨਾ ਕਰੋ ਬਸ ਚਲਾਉਂਦਾ ਸੀ ਨਹਿਰ ਸੁੱਟ ਦਿੱਤੀ ਸੀ ਹਾਂਜੀ ਪੁਲਿਸ ਵਾਲਿਆਂ ਨੇ ਫੜ ਲਿਆ ਡਰਾਈਵਰ ਸੀ ਬਸ ਦੇ ਦੋ ਮਾਲਕ ਸਨ ਉਹਨਾਂ ਨੂੰ ਵੀ ਫੜ ਲਿਆ ਅਦਾਲਤ ਲੈ ਕੇ ਆਏ ਜੱਜ ਸਾਹਿਬ ਨੇ ਆਰਡਰ ਆਰਡਰ ਤਿੰਨਾਂ ਨੂੰ ਫਾਂਸੀ ਦੇ ਦਿੱਤੀ ਫਾਂਸੀ ਦੇਣ ਲਈ ਲੈ ਕੇ ਗਏ ਨੇ ਪਹਿਲਾਂ ਉਹਨਾਂ ਨੇ ਬਸ ਦੇ ਮਾਲਕ ਨੂੰ ਬੁਲਾਇਆ ਰੱਸਾ ਪਾਇਆ ਉਹਨਾਂ ਕਿਹਾ ਆਖਰੀ ਖਾਹਿਸ਼ ਦੱਸ ਤੂੰ ਮਰਨ ਲੱਗਾ ਕਹਿੰਦਾ ਮੇਰੀਆਂ 5 ਬੱਸਾਂ ਨੇ ਵੇਚ ਕੇ ਗਰੀਬਾਂ 'ਚ ਵੰਡ ਦਿਓ ਇੰਜ ਨੂੰ ਮਾਲ ਕੀਤਾ ਫਾਂਸੀ ਦੇਣ ਵਾਸਤੇ ਥੱਲਿਓ ਫੱਟਾ ਹੀ ਨਹੀਂ ਖੁੱਲਿਆ ਕੀ ਮੁਕੱਦਰ ਨੇ ਉਹਨੇ ਕਿਹਾ ਜਾ ਤੂੰ ਤਾਂ ਬੜਾ ਲੱਕੀ ਹੈ ਦੂਸਰੇ ਮਾਲਕ ਨੂੰ ਬੁਲਾਇਆ ਲੱਸਾ ਉਹਨੇ ਕਿਹਾ ਆਪ ਹੀ ਉਹਨੇ ਕਿਹਾ ਮੇਰੀ ਬੱਸ ਵੇਚ ਕੇ ਗਰੀਬਾਂ 'ਚ ਵੰਡ ਦਿਓ ਰੁਮਾਲ ਕੀਤਾ ਥੱਲਿਓ ਫੱਟਾ ਹੀ ਨਹੀਂ ਖੁੱਲਿਆ ਅਖੀਰ ਆਏ ਫਿਰ ਮੇਰੇ ਦਾਦੇ ਦੀ ਵਾਰੀ ਰੱਸਾ ਪਾਇਆ ਉਹਨੇ ਕਿਹਾ ਆਖਰੀ ਖਾਹਿਸ਼ ਦੱਸ ਉਹਨੇ ਕਿਹਾ 1000 ਰੁਪਇਆ ਮੇਰੇ ਕੋਲ ਲਵੋ ਪਹਿਲੇ ਆਪਣਾ ਫੱਟਾ ਠੀਕ ਕਰਾਓ ਮੇਰੀ ਵਾਰੀ ਖੁੱਲ ਗਿਆ ਦਾਦਾ ਜਦੋਂ ਮਹਿਕਮਾ ਮਿਰਾਸੀ ਆਦਾ ਸੀ ਤੇ ਮਰ ਸਕਦਾ ਸੀ ਉਹਦੇ ਤਾਂ ਤਰਲੇ ਹੀ ਬੜੇ ਵੱਡੇ ਨੇ ਬਾਕੀ ਤੁਮ ਵੀ ਨਾ ਮੁਝੇ ਮਿਰਾਸੀ ਲੱਗਦੇ ਹੋ ਕੌਣ ਮਿਰਾਸੀ ਆ ਮੁਸੱਲੇ ਨੂੰ ਮਿਰਾਸੀ ਕਹਿ ਰਹੀ ਹੈ ਪਤਾ ਕਰੀ ਦਾ ਹੁੰਦਾ ਹੈ ਪਹਿਲੇ ਜਿਹੜੇ ਮਿਰਾਸੀ ਹੈ ਨਾ ਉਹਨਾਂ ਦੇ ਢਿੱਡ ਦੱਸਦੇ ਨੇ ਕਿ ਮਿਰਾਸੀ ਨੇ ਸਮਝ ਆਈ ਨਾ ਉੱਧਰ ਵੇਖ ਉੱਧਰ ਸ਼ਾਹਦ ਕਪੂਰ ਵੀ ਮੇਰੇ ਸੇ ਮਾਠਾ ਹੈ ਸ਼ਾਹਦ ਕਪੂਰ ਅੱਛਾ ਗੋਲੀ ਮਾਰੋ ਅੱਛਾ ਚਲੋ ਮੈਨੂੰ ਇਹ ਬਤਾ ਤੂੰ ਮੇਰੇ ਲਈ ਕੀ ਕਰ ਸਕਦਾ ਮੈਂ ਤੇਰੇ ਲਈ ਉਲਟੀਆਂ ਕਰ ਸਕਣਾ ਸਿੱਧੀਆਂ ਕਰ ਸਕਣਾ ਜੋ ਕਿ ਮੈਂ ਪਿਸ਼ਾਵਰ ਡੇਢ ਮਹੀਨਾ ਬਗੈਰ ਖਰਚੇ ਤੋਂ ਰਹਿ ਕੇ ਆ ਸਕਣਾ ਮੰਨੇ ਫਿਰ ਮੈਨੂੰ ਮੇਰੇ ਲਈ ਕੁਝ ਐਸਾ ਕਰੋ ਜੋ ਆਜ ਤੱਕ ਕਿਸੇ ਨੇ ਰੱਖੀ ਹੋ ਦੇਖੋ ਮੇਰੀ ਗੱਲ ਸੁਣੋ ਹਾਂ ਮੈਂ ਕੋਸ਼ਿਸ਼ ਕਰਾਂਗਾ ਵੈਸੇ ਅਗਰ ਮੈਂ ਤੁਹਾਡੇ ਵਾਲ ਪੱਟਾਂ ਨਾ ਤੇ ਉਹ ਹੋ ਸਕਦਾ ਦਾਲ ਦਿਲ ਮੇਰਾ ਇਹੋ ਆਖਦਾ ਇੱਕ ਵੱਖਰਾ ਜਿਹਾ ਮਕਾਨ ਹੋਵੇ ਇੱਕ ਤੂੰ ਹੋਵੇ ਇੱਕ ਮੈਂ ਹੋਵਾਂ ਤੀਜੀ ਰੱਬ ਦੀ ਜ਼ਾਤ ਮਿਹਰਬਾਨ ਹੋਵੇ ਇੱਕ ਮੰਜੀ ਹੋਵੇ ਦੋਵੇਂ ਸੌ ਜਾਈਏ ਇਹ ਬਗੈਰਤੀ ਨਹੀਂ ਗੁਰਬਤ ਹੈ ਹਸਪਤਾਲ ਪਹੁੰਚ ਤੇਰੇ ਘਰ ਕੁੱਤਾ ਹੋਣਾ ਛਾਪਰ ਚ ਪਾ ਕੇ ਦੇ ਨਾ ਘਰ ਨਾਲ ਬੱਚਿਆਂ ਲਈ ਵੀ ਲੈ ਜਾਈ ਪੰਜ ਮਰਲੇ ਦਾ ਚਵਲੇ ਜਾਈਏ ਆ ਗੱਲ ਸੁਣ ਇਹ ਰਾਤੀ ਛਾਪਰ ਚ ਲੈ ਕੇ ਕੀ ਜਾ ਰਿਹਾ ਹੈ ਤੂੰ ਪੁੱਛ ਕੇ ਭੈਣ ਦਾ ਰਿਸ਼ਤਾ ਦੇਣਾ ਚਾਹੁੰਦੀ ਸੀ ਤੈਨੂੰ ਕੀ ਹੋਇਆ ਤੂੰ ਪੁੱਛ ਕੇ ਭੈਣ ਦਾ ਰਿਸ਼ਤਾ ਦੇਣਾ ਓਏ ਹੋਏ ਹੋਏ ਅਸਲਾਮ ਵਾਲੇਕੁਮ ਭਾਈ ਜਾਨ ਵਾਲੇਕੁਮ ਅਸਲਾਮ ਬੜੀ ਮਿਹਰਬਾਨੀ ਆ ਜੋ ਕਸੋ ਜੋ ਬੜਾ ਬੜਾ ਬੱਚੀ ਡਾਲਾ ਹੋਇਆ ਹੈ ਮਾਜ਼ੇ ਆ ਜਾਏਗਾ ਬਜਟ ਚਾਹੇ ਜਿਸ ਤਰ੍ਹਾਂ ਦਾ ਮਰਜ਼ੀ ਹੈ ਬੱਚੀ ਡੈਟ ਆਇਆ ਆਲਾ ਕੈ ਔਰ ਸੁਣੋ ਭਈਆ ਹਾਂ ਠੀਕ ਹੋ ਫਸਟ ਕਲਾਸ ਹੈ ਠੀਕ ਠਾਕ ਹੈ ਉਹ ਚੱਲ ਆਪਣੀ ਦੁਕਾਨ ਸਬਜ਼ੀ ਵਾਲਾ ਗੰਜੀ ਉਹ ਚੱਲ ਦਫਾ ਵੀ ਹੋ ਇਹ ਮੁਬਾਰਕ ਉਹ ਕਿਹੜੀ ਈਦ ਹੈ ਕਿਹੜੀ ਈਦ ਹੈ ਨਾ ਗਿਆ ਨੂੰ ਕਿਵੇਂ ਦੇ ਦੋ ਹਲਕਾ ਸਾ ਮੇਲ ਹੋ ਮੇਰਾ ਆ ਕੈ ਮੇਲ ਚੱਲ ਹਲਕਾ ਸਾ ਮੇਲ ਹੋ ਐ ਸਮਾਤ ਕਰ ਚੱਲ ਦੁਕਾਨ ਖੋਲ ਜਾ ਕੇ ਦੁਕਾਨ ਤੋਂ ਕੋਲੇ ਗਈ ਦਰਾ ਨਹੀਂ ਉਹ ਤਾਂ ਕੀ ਦਰਾ ਹੋ ਏ ਇਤਨਾ ਬੜਾ ਹੋ ਗਿਆ ਜਿੱਦ ਕਰਤੇ ਓਏ ਉਧਰ ਚੱਲ ਉਹ ਨਹੀਂ ਤੈਨੂੰ ਨਜ਼ਰ ਆਂਦਾ ਇਹ ਦਰਾ ਤੂੰ ਮੇਰੇ ਕੋ ਅੱਛਾ ਲੱਗਦਾ ਓਏ ਅੱਛਾ ਲੱਗਦਾ ਉਧਰ ਦੁਕਾਨਦਾਰੀ ਕੋਲ ਓਏ ਕੁਛ ਨਹੀਂ ਹੁੰਦਾ ਡਰਾ ਓਏ ਉਧਰ ਹੋ ਕੁਛ ਕਿਆ ਨਹੀਂ ਹੁੰਦਾ ਇਹ ਤਾਂ ਬਾ ਘੰਟਾ ਹੋਰ ਜ਼ੋਰ ਲਾਇਆ ਨਾ ਕਿ ਮੰਨ ਜਾਣਾ ਮੰਨ ਜਾ ਤੇ ਆ ਜਿੱਦ ਕਰ ਲੈ ਉਧਰ ਅਪਡੇਟ ਤੇ ਚੱਲ ਉੱਥੇ
ਔਰ ਸੁਣਾਓ ਚਿੱਟੀ ਸ਼ੁਕਰ ਹੈ ਅੱਲਾ ਦਾ ਉੱਥੇ ਚੱਲ ਆਪਣੇ ਅੱਡੇ ਤੇ ਹਾਂ ਠੀਕ ਹੈ ਨਾ ਹਾਂ ਠੀਕ ਹੈ ਚੱਲ ਜਾ ਦਵਾ ਉੱਧਰ ਯਾਰ ਤੁਮ ਕੈਸਾ ਯਾਰ ਹੈ ਪਠਾਨ ਕੋ ਕੁਝ ਹੀ ਨਹੀਂ ਕਰ ਰਹਾ ਚੱਲ ਦਫਾ ਹੋ ਜਾ ਕੇ ਯਾਰ ਖੋਲ ਜਾ ਚਵਲ ਗਿਆ ਹੈ ਹੀ ਇੰਜ ਦੇ ਸਾਰੇ ਪਠਾਨ ਇੰਜ ਦੇ ਨੇ ਅੱਛਾ ਇਹ ਜਿੱਥੇ ਬੱਚਾ ਪੈਦਾ ਹੋਇਆ ਉੱਥੇ ਨਾਰਾ ਦਿੰਦੇ ਨੇ ਕੀ ਬਾਤ ਹੈ ਬੱਚਾ ਦਰਿਆ ਤੇ ਪੈਦਾ ਹੋਇਆ ਦਰਿਆ ਹਾਂ ਬੱਚਾ ਪਹਾੜ ਤੇ ਪੈਦਾ ਹੋਇਆ ਪਹਾੜ ਹਾਂ ਬੱਚਾ ਭੈਣ ਘਰ ਪੈਦਾ ਹੋਇਆ ਭੈਣ ਹਾਂ तो तुम भी तो ऐसा ही करते बच्चा दरख्त के नीचे पैदा हो तो ना रखते मोहम्मद बूटा ओ खाना जी की मर्जी बूटे थले सी वो तो रहती उधर ही है काला जी काला जी की मर्जी कोती का बच्चा ना जेड़ा कोठे तो डिग के बच के ना रखता अल्लाह रखा अल्लाह अल्लाह के बाप का पता नहीं लग रहा उसका नाम मिठू जी उधर दफा ਉਧਰ ਦਫਾ ਚੱਲ ਲੈ ਜਾਈਏ ਲੈ ਦਰਦਾ ਪਿਆ ਇੱਕ ਪਠਾਨ 13 ਮਹੀਨਿਆਂ ਬਾਅਦ ਹੋਇਆ ਉਹਦਾ ਨਾਂ ਰੱਖ ਦਿੱਤਾ ਮੁਸ਼ਕਲ ਤਰੀਨ ਖਾਨ ਸਹੀ ਬਾਤ ਹੈ ਇਤਨੀ ਮੁਸ਼ਕਲ ਜੋ ਹੈ ਤਾਂ ਮੁਸ਼ਕਲ ਤਰੀਨ ਖਾਨ ਹੀ ਹੋਇਆ ਇੱਕ ਧਰਨੇ ਚ ਹੋਇਆ ਉਹਦਾ ਨਾਂ ਧਰਨਾ ਖਾਨ ਹਾਂ ਅਭੀ ਮੈਨੇ ਧਰਨੇ ਧਰਨਾ ਹਾਂ ਧਰਨੇ ਦੇ ਇਹ ਨਹੀਂ ਨਾਂ ਕਿਹੜੇ ਕਿਹੜੇ ਗਾਣੇ ਨੇ ਪਖ ਪਲੇ ਪਖਾ ਦੇ ਦੇਈ ਪਲੇ ਤੂੰ ਪੈਣ ਦਾ ਹਾਂ ਔਰ ਇਹ ਤੁਹਾਡਾ ਕੀ ਗਾਣ ਹੈ ਸਾਡੇ ਸਹੀ ਗਾਣੇ ਮਾਈ ਆਵੇਗਾ ਫੁੱਲਾਂ ਨਾਲ ਧਰਤੀ ਸਜਾਵਾਂਗੀ ਚਲਾਂਗੀ ਪਾਖੀਆਂ ਹਾਂ ਸਹੀ ਹੈ